ਤਾਂ ਵਿੱਚ ਸ਼ੁਮਾਰ ਹੁੰਦੇ ਤਿਲਾਵਤਾਂ ਵਿੱਚ ਸ਼ੁਮਾਰ ਹੁੰਦੇ ਜ਼ਿਆਰਤਾਂ ਵਿੱਚ ਸ਼ੁਮਾਰ ਹੁੰਦੇ ਤਿਲਾਵਤਾਂ ਵਿੱਚ ਸ਼ੁਮਾਰ ਹੁੰਦੇ ਅਲੀ ਦੇ ਚਿਹਰੇ ਦੀਦ ਕਰਨੀ ਇਬਾਦਤਾਂ ਵਿੱਚ ਸ਼ੁਮਾਰ ਅਲੀ ਦੇ ਚਿਹਰੇ ਦੀਦ ਕਰਨੀ ਇਬਾਦਤਾਂ ਵਿੱਚ ਸ਼ੁਮਾਰ ਹੁੰਦੇ ਕੀ ਸ਼ੁਮਾਰ ਹੁੰਦਾ ਹਾਂ ਹੈ ਪਾਕ ਜ਼ਹਰਾ ਹੈ ਪਾਕ ਜ਼ੈਨਬ ਹੁਸੈਨ ਪਾਕ ਹਸਨ ਵੀ ਪਾਕ ਮਿਲਣ ਗਿਣ ਗਿਆ ਹੈ ਪਾਕ ਜ਼ਹਰਾ ਹੈ ਪਾਕ ਜ਼ੈਨਬ ਹੁਸੈਨ ਪਾਕ ਹਸਨ ਵੀ ਪਾਕ ਅਗਲਾ ਮਿਸਰਾ ਅਲੀ ਦਾ ਸਾਰਾ ਘਰਾਨਾ ਝਲਿਆ ਤਹਾਰਤਾਂ ਵਿੱਚ ਸ਼ੁਮਾਰ ਹੁੰਦੇ ਅਲੀ ਦਾ ਸਾਰਾ ਘਰ ਨਜਲਿਆ ਤਹਾਰਤਾਂ ਵਿੱਚ ਸ਼ੁਮਾਰ ਹੁੰਦੇ ਇਹਨਾਂ ਵੱਲ ਵੇਖਣਾ ਦਰਾ ਨਬੀ ਨੂੰ ਭੁੱਲ ਕੇ ਅਲੀ ਨੂੰ ਭੁੱਲ ਕੇ ਤੂੰ ਕੱਲ ਕਿਆਮਤ ਨੂੰ ਕਿੱਥੇ ਜਾ ਸੀ ਤੂੰ ਕੱਲ ਕਿਆਮਤ ਨੂੰ ਕਿੱਥੇ ਜਾ ਸੀ ਉਹ ਯਾਦ ਰੱਖ ਲਈ ਨਬੀ ਦਾ ਬੂਆ ਅਦਾਲਤਾਂ ਵਿੱਚ ਸ਼ੁਮਾਰ ਹੋ ਯਾਦ ਰੱਖ ਲਈ ਨਬੀ ਦਾ ਬੂਆ ਅਦਾਲਤਾਂ ਵਿੱਚ ਸ਼ੁਮਾਰ ਹੁੰਦੇ ਬੜਾ ਕੀਮਤੀ ਸ਼ੇਰ ਹੈ ਅਲੀ ਦਾ ਮਕਾਮ ਤਾਂ ਖੈਰ ਮੈਂ ਜਿੰਨੀ ਮੇਰੀ ਔਕਾਤ ਹੈ ਉਨਾ ਹੀ ਪੜ੍ਹ ਸਕਣਾ ਲੇਕਿਨ ਅਲੀ ਇਸ ਤੋਂ ਅੱਗੇ ਜਦੋਂ ਕਿਸੇ ਦਾ ਕੋਈ ਫੌਤ ਹੋ ਜਾਂਦਾ ਤੇ ਬੰਦੇ ਐਲਾਨ ਕਰਦੇ ਨੇ ਬਈ ਹਜ਼ਰਾਤ ਇੱਕ ਫਲਾਂ ਜ਼ਰੂਰੀ ਐਲਾਨ ਸੁਣੋ ਫਲਾਣਾ ਬੰਦਾ ਫੌਤ ਹੋ ਗਿਆ ਜਨਾਜ਼ੇ ਦਾ ਐਲਾਨ ਬਾਅਦ ਹੀ ਕੀਤਾ ਜਾਏਗਾ ਇਸ ਦੌਰਾਨੀਏ 'ਚ ਇਮਾਮ ਮਸਜਿਦ ਨੂੰ ਢੂੰਡਿਆ ਜਾਂਦਾ ਕਿ ਜਨਾਬ ਸਾਡਾ ਬੰਦਾ ਫੌਤ ਨੂੰ ਨਵਾਉਣਾ ਕਿੰਨੇ ਲੇਕਿਨ ਸ਼ਰਈ ਹੁਕਮ ਇਹ ਹੈ ਕਿ ਅਗਰ ਉਹਦਾ ਕਰੀਬੀ ਉਹਨੂੰ ਗੁਸਲ ਦੇਵੇ ਤਾਂ ਜ਼ਿਆਦਾ ਸਵਾਬ ਹੈ ਅਤੇ ਜੇ ਹਜ਼ੂਰ ਨੂੰ ਜਦੋਂ ਗੁਸਲ ਦਿੱਤਾ ਗਿਆ ਅਗਰ ਇਹੀ ਸ਼ਰਈ ਹੁਕਮ ਇੱਕ ਕਰੀਬੀ ਲੱਭਿਆ ਜਾਵੇ ਤੇ ਆਓ ਫਿਰ ਜ਼ਰਾ ਕਰੀਬੀ ਮੁਸਤਫਾ ਦਾ ਲੱਭ ਲਈਏ ਥੋੜੀ ਦਾਦ ਹੈ ਵੈਸੇ ਗੱਲ ਜ਼ਰਾ ਵੱਡੀ ਹੈ ਕਿਆ ਬਾਤ ਕਿਆ ਬਾਤ ਆਓ ਜ਼ਰਾ ਮੁਸਤਫਾ ਦਾ ਕਰੀਬੀ ਲੱਭੀਏ ਹੈ ਜੀ ਨਬੀ ਤੇ ਬਿਸਤਰ ਤੇ ਲੇਟ ਜਾਣਾ ਤੇ ਜ਼ਾਤ ਅਹਿਮਦ ਨੂੰ ਗੁਸਲ ਦੇਣਾ ਇੱਕ ਗੁਰਬਤਾਂ ਵਿੱਚ ਸ਼ੁਮਾਰ ਹਾਏ 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 ਕੁਰਬਤਾਂ ਵਿੱਚ ਸ਼ੁਮਾਰ ਹੁੰਦੇ ਫਜ਼ੀਲਤਾਂ ਵਿੱਚ ਸ਼ੁਮਾਰ ਹੁੰਦੇ ਵਾਹ 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 ਬਹੁਤ ਬੜਾ ਸ਼ੇਰ ਸ਼ੋਹਰੇ ਜ਼ਹਰਾ ਦਾਮਾਦ ਅਹਿਮਦ ਤੇ ਪਿਦਰੇ ਹਸਨੋ ਹੁਸੈਨ ਹਾਕਿਮ ਅਲੀ ਦਾ ਸਾਨੀ ਜਹਾਂ ਤੇ ਲੱਭਣਾ ਹਮਾਕਤਾਂ ਵਿੱਚ ਸ਼ੁਮਾਰ ਹੁੰਦੇ ਹਮਾਕਤਾਂ ਵਿੱਚ ਸ਼ੁਮਾਰ ਹੁੰਦੇ ਇਸ਼ਾਰਾ ਹੋ ਗਿਆ ਔਰ ਮੈਂ ਆਪਣੀ ਲਾਈਨ ਤੇ ਖੜਾ ਸਾਂ ਮੈਂ ਉਸ ਲਾਈਨ ਇੱਕ ਪੜ੍ਹਨੀ ਹੈ ਉਸ ਲਾਈਨ ਜ਼ਰੂਰੀ ਹੈ ਕਿਉਂਕਿ ਮੈਸੇਜ ਹੈ ਉਹ ਮੈਸੇਜ ਹੈ ਛੋੜੀ ਨਹੀਂ ਤੇ ਰੁਲ
ਗਿਆਨੀ ਕਸਮਾਂ ਬਨ ਜਲਿਆ ਮੇਰੀ ਇਓ ਇੱਕ ਗੱਲ ਨੂੰ ਮਨ ਜਲਿਆ ਵੇਖੀ ਬੇੜੀ ਨਾ ਬੋੜੀ ਰੁੱਲ ਜਾਏਗਾ आखिरी हाथ उठा के आखिरी बारी पल्ला एलीदा न छोड़ी नहीं ते रुल जाएगा मुख अली तू न मोड़ी नहीं ते रुल जाएगा मुख रुल जाएगा।